तौरी पिंड सिंहपुरा विच 60-70 दे करीब मझां सेम नाले दे पानी ते बूटी विच फस के दम घुटण नाल मर गईआं हन। इह मझां गुज्जर भाईचारे दीआं सन जो उस ड्रेन विच पानी पीण लई वड़ गईआं अते बूटी अते पानी विच फस के सारिआं दी ही मौत हो गई। जो गिणती विच 60-70 दसियां जा रहीआं हन। जदों पुलिस अते प्रशासनिक अधिकारियों नूं पता लगा तां उह वी शाम नूं SDM डेरा बाबा नानक समेत उत्थे पुज्जे। ड्रेन अधिकारी ने कहा कि इह हादसा गुज्जर भाईचारे दी गलती कारण वापरिआ है अते हुण असीं ड्रेन दी सफाई करवा रहे हां। गुज्जर भाईचारे ने दस्सिआ कि सारिआं मझां अते छोटे बच्चिआं दी मौत हो चुकी है। जो परिवार का मुखी सी वह हुण सदमे कारण हस्पताल विच जेरे इलाज है। मोबाइल फोटो खिंच लो। ਅਬੇ ਕੀ ਨਾਮ ਹੈ ਤੁਹਾਡਾ? ਹਾਂਜੀ ਮੇਰਾ ਨਾਮ ਅਖਰ। ਇਹ ਕਾਰਨ ਕੀ ਆ ਰਹੀ ਹੈ ਕਾਸਕ ਮੰਨਣ ਦਾ? ਕਾਰਨ ਸਰ ਇਧਰੋਂ ਡੰਗਰ ਪਏ ਨਾ ਨਹਿਰ ਦੇ ਵਿੱਚ। ਹਾਂਜੀ ਮੈਂ ਡੰਗਰ ਆਏ ਪਾਣੀ ਪੀਣ ਦੇ ਗਾੜੀ ਬੂਟੀ ਸੀ ਗਾੜੀ ਹੈਰ ਸੀ ਡੰਗਰ ਸਾਰੇ ਵਿੱਚ ਬੂਟੀ ਦੇ ਵਿੱਚ ਪਤਾ ਨਹੀਂ ਕੋਈ ਲੱਗਾ ਵਿੱਚ ਜਾਂ ਜਾਂਦੇ ਹੋਏ ਬਸ ਸਾਰੇ ਵਿੱਚ ਵੜ ਗਏ। ਉੱਥੋਂ ਕਿੱਥੇ ਆ ਰਹੇ? ਡੇਰੇ ਆਏ ਥੇ ਬਾਬਾ ਨਾਨਕ ਤੋਂ ਆਉਂਦੇ ਸੀ। ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ ਟੁੱਟ ਕੇ ਰਵਾਲੀ ਜਾ ਰਿਹਾ ਸੀ ਇਹਦੇ ਨਾਲ। ਕਿੱਥੋਂ ਕਿੱਥੇ ਜਾ ਰਹੇ ਸੀ? ਰਵਾਲੀ ਜਾ ਰਹੀ ਬਾਬੇ ਜੀ ਨਾਲ। ਅੱਛਾ ਜੀ ਤਾਂ ਰਸਤੇ ਵਿੱਚ ਇਹ ਕੰਮ ਹੋ ਗਿਆ? ਰਸਤੇ 'ਚ ਹੀ ਕੰਮ ਹੋਇਆ। ਕਿ ਪਾਣੀ ਦਾ ਵਾਅ ਤੇਜ਼ ਸੀ ਕਿ ਕਾਰਨ ਕੀ ਹੋਇਆ? ਹਾਂਜੀ ਪਾਣੀ ਬੜਾ, ਪਾਣੀ ਦਾ ਵਾਅ ਕਾਰਨ ਜ਼ਿਆਦਾ ਸੀ। ਪਾਣੀ ਦੇ ਪਾਣੀ ਕਰਕੇ ਕਿੰਨਾ ਨੁਕਸਾਨ ਹੋ ਗਿਆ? ਨੁਕਸਾਨ ਜੀ 60 ਡੰਗਰ ਹੈ। ਹਾਂਜੀ ਹਾਂਜੀ ਕੋਈ ਨਹੀਂ ਉਹਨਾਂ 'ਚ ਬਚੇ। ਕਿੰਨੇ ਲੱਖ ਦਾ ਨੁਕਸਾਨ ਆਈਡੀਆ? ਇਹ ਤੁਹਾਨੂੰ ਤੁਸੀਂ ਲਾ ਰਹੇ ਹੋ ਸਰ ਘੱਟੋ ਘੱਟ ਵੀ ਸਾਡੇ ਹਿਸਾਬ ਨਾਲ 50 ਲੱਖ ਦਾ ਤਾਂ ਹੋਈ ਹੈ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਕੀ ਮੰਗ ਕਰਨੀ ਹੁਣ ਰੱਬ ਵੀ ਕੋਈ ਕਰੇਗਾ ਜੋ ਕੋਈ ਸਾਡਾ ਕੋਈ ਕਰਨ ਦਾ ਵਗੈਰਾ। ਨਹੀਂ ਜੇ ਫਿਰ 50 ਕਰੋੜ ਡਿਮਾਂਡ ਹੁੰਦੀ ਹੈ ਕੋਈ ਲਾ ਕੇ ਰਹਿ ਰਹੇ ਇੱਥੇ। ਚਲੋ ਜੀ ਹੁਣ ਸਾਡੀ ਕਿਹੜੀ ਸੁਣੀ ਜਾ ਰਹੀ ਸਰ ਜੇ ਕੋਈ ਦੇ ਰਿਹਾ ਠੀਕ ਨਾ ਦੇ ਜੋ ਰੱਬ ਨੇ ਕਰਤਾ ਕੱਟਾ ਹੁਣ ਕੀ ਹੋਣਾ ਜੀ। ਸਫਲ ਲੰਮੇ ਹੋਣ ਕਰਕੇ ਹਾਂਜੀ ਉਹ ਫਿਰ ਉਹਨਾਂ ਨੂੰ ਉਭਾਰ ਨਹੀਂ ਮਿਲੀ ਸਾਹ ਨਹੀਂ ਮਿਲਿਆ ਉਹਦੇ ਕਰਕੇ। ਤਾਂ ਫਿਰ ਕਿੰਨਾ ਕਿੰਨੇ ਕਿੰਨੀ ਲਵਾਈ ਜਾਂਦਾ ਇਹ? ਘੱਟ ਤੋਂ ਘੱਟ ਵੀ 2-250 ਫੁੱਟ ਹੈਗੇ। 2-250 ਫੁੱਟ ਆ ਤੇ ਵੀ ਕਾਰਨ ਸਾਹ ਘੁੱਟਣ ਕੇ ਡੰਗੇ ਦਾ ਕੋਈ ਸਾਹ ਘੁੱਟਣ ਲੱਗ ਗਏ ਮਤਲਬ ਸਫਲ ਲੰਮਾ ਹੋਣ ਕਰਕੇ। ਕਿੰਨੇ ਲੱਗ ਰਹੇ ਡੰਗਰ? ਕੋਈ 35 ਕਹਿੰਦਾ, ਕੋਈ 70 ਕਹਿੰਦਾ, ਕੋਈ 40 ਕਹਿੰਦਾ, ਕੋਈ ਪੱਕੀ ਗਿਣਤੀ ਨਹੀਂ ਹੈਗੀ ਬਾਈ। ਤੂੰ ਕੀ ਕਾਰਵਾਈ ਕਰਦੇ ਜੀ? ਅਸੀਂ ਜੀ ਆਪਣਾ ਜੋ ਹੈ ਇੰਨਾ ਕੁ ਹੈਗਾ ਇਹ ਕਢਵਾਵਾਂਗੇ ਜਿਹੜਾ ਮਤਲਬ ਬੰਦਾ ਦੇ ਘਰ ਜਾਊਗਾ ਬਾਕੀ ਮਸ਼ੀਨ ਲਾ ਕੇ ਨਿਕਲ ਜਾਏਗਾ ਜੀ। ਕਿੰਨਾ ਟਾਈਮ ਲੱਗੇਗਾ? ਟਾਈਮ ਜਿਹੜਾ ਬੰਦਾ ਦੇ ਕਰਨ ਨਾਲ ਉਹ ਤਾਂ ਸਮਾਂ ਤੱਕ ਹੋ ਜਾਏਗਾ ਜੀ ਅਤੇ ਬਾਕੀ ਮਸ਼ੀਨ ਦਾ ਵਾ ਮਸ਼ੀਨ ਵੀ ਆ ਰਹੀ ਹੈ ਬਾਕੀ ਮਸ਼ੀਨਾਂ ਕਰਾ ਲਾਂਗੇ। ਅਤੇ ਗੁੱਜਰ ਸਮੁਦਾਇ ਨੂੰ ਕੀ ਕਹਿਣਾ ਚਾਹੁੰਦੇ ਹੋ? ਗੁੱਜਰਾਂ ਦਾ ਤਾਂ ਹੁਣ ਮੁਆਵਜ਼ਾ ਮਿਲੇਗਾ ਜੀ ਉਹਨਾਂ ਨੂੰ ਕਿਤੇ ਗੌਰਮੈਂਟ ਦਾ ਕੰਮ ਹੈ ਜੀ। ਇਹ ਨਲਾਕੀ ਕਿਹਨੀ ਕਹਾਂਗੇ? ਨਲਾਕੀ ਦੇ ਕਿਸੇ ਨੂੰ ਨਲਾਕੀ ਦੇ ਫਿਰ ਗੁੱਜਰਾਂ ਦੀ ਕਹਾਂਗੇ ਜਿਹਨਾਂ ਨੇ ਵਿੱਚ ਵਾੜ ਦੇ ਡੰਗਰੇ ਇੱਥੇ ਪੰਜ ਭਾਰ ਵਿੱਚ। ਹਾਂ ਬੂਟੀ ਇੰਨੀ ਵਿੱਚ ਬੜੀ ਪਈ ਆ ਬੂਟੀ ਖਿਲਾਈ ਹੋਈ ਇਹਦਾ ਕੀ ਕਾਰਨ? ਇਹ ਬੂਟੀ ਦੇ ਇਹ ਕੱਢਾਂਗੇ ਤਾਂ ਸਾਬਣ ਫਿਰ ਆ ਜਾਈਗੇ ਮਗਰੋਂ ਪਾਣੀ ਦੇ ਨਾਲ। ਇਹਦਾ ਮੈਂ ਵੀ ਕੱਢੇ ਲੋੜ ਨਹੀਂ। ਹਾਂਜੀ ਕੱਢੀ ਦੀ ਆ ਕੱਢ ਕੇ ਜਿਹੜੀ ਆ ਅਸੀਂ ਇੱਥੋਂ ਕੱਢ ਦੇਣੀ ਇਹਨੇ ਮਗਰਲਿਆਂ ਨੇ ਮਗਰੋਂ ਕੱਢ ਦੇਣੀ ਆ। ਉਹ ਮਗਰਲੇ ਇੱਥੇ ਆਈ ਨਹੀਂ ਇਹ ਅੱਗੇ ਚੱਲ ਜਾਣੀ ਇੱਦਾਂ ਕੰਮ ਆਈ ਜਾਂਦੀ ਜਾਈ ਜਾਂਦੀ ਬੰਦੇ ਆਉਂਦੇ ਆਪਣੇ ਏਰੀਏ 'ਚੋਂ ਕੱਢ ਦਿੰਦੇ। ਇਹੋ ਕਿ ਇੱਥੇ ਕੰਮ ਚੱਲੀ ਜਾਏਗਾ? ਹਾਂਜੀ ਕੰਮ ਤਾਂ ਫਿਰ ਇੱਦਾਂ ਹੀ ਹੈ ਜਦੋਂ ਬੂਟੀ ਨੇ ਆਉਂਦੀ ਜਾਣਾ ਨਿਕਲਦੀ ਜਾਣੀ ਆਉਂਦੀ ਜਾਣੀ ਨਿਕਲਦੀ ਜਾਣੀ। ਇਹ ਪਾਣੀ ਜਾਲ ਛੱਡਣ ਦਾ ਕਾਰਨ ਕੀ ਹੈ? ਪਾਣੀ ਛੱਡਣ ਦਾ ਕੋਈ ਪਿੱਛੇ ਮੇਨ ਜਿਹੜੀ ਨਹਿਰ ਆ ਉਹਦੇ 'ਤੇ ਕੋਈ ਪਾਵਰ ਹਾਊਸ ਬਣੇ ਆ ਉਹ ਪਾਵਰ ਹਾਊਸ ਜਦੋਂ ਚਲਾਉਂਦੇ ਉਦੋਂ ਫਿਰ ਪਾਣੀ ਆਉਂਦਾ ਅਤੇ ਉਹ ਪਾਣੀ ਆਉਣ ਦੇ ਨਾਲ ਫਿਰ ਨਹਿਰਾਂ 'ਚ ਅੱਗੇ ਨਹਿਰਾਂ ਪਾਣੀ ਨਹੀਂ ਚੁੱਕਦੀਆਂ ਫਿਰ ਨਿਕਾਸੀ ਨਾਲਾ ਫਿਰ ਇਹਦੇ 'ਚ ਪਾਣੀ ਛੱਡ ਦਿੰਦੇ।
ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਸੱਕੀ ਨਾਲ ਨਿਕਲਦਾ ਵਿੱਚੋਂ ਦੀ ਸੱਕੀ ਨਾਲ ਨਿਕਲਦਾ ਸੱਕੀ ਨਾਲ ਦਰ ਬਣਦਾ ਸੱਕੀ ਨਾਲੇ ਦਾ ਅੱਗੇ ਅੱਗੇ ਪੁਲ ਬਣਦੇ ਆ ਹਾਂਜੀ ਪੁਲ ਬਣਨ ਕਰਕੇ ਫਿਰ ਪਾਣੀ ਇੱਧਰ ਨੂੰ ਛੱਡਿਆ ਜਾਂਦਾ ਹੈ ਜੇ ਐਸ ਐਨ ਡੀ ਹੈ ਹੀ ਇਸੇ ਕੰਮ ਵਾਸਤੇ ਪਾਣੀ ਨੂੰ ਬਾਈਪਾਸ ਕਰਨ ਵਾਸਤੇ ਅੱਗੇ ਕੋਈ ਕੰਮ ਚੱਲਦਾ ਹੋਏ ਤਾਂ ਪਾਣੀ ਨੂੰ ਦਰਿਆ ਸੁਰੇ ਰੋਕੇ ਕਿੱਥੇ ਜਾਂਦੇ ਪਾਣੀ ਇਹ ਪੰਜ ਕਿਨੀ ਜਾ ਕੇ ਦਰਿਆ 'ਚ ਨਿਕਲਦਾ ਇਹ ਰਾਵੀ 'ਚ